ਤੁਹਾਨੂੰ ਨਹੀਂ ਲੱਗ ਰਿਹਾ ਕਿ ਪੰਜਾਬ ਦੇ ਪਾਣੀਆਂ ਤੇ ਹੁਣ ਸਿਆਸਤ ਹੋਣੀ ਸ਼ੁਰੂ ਹੋ ਗਈ ਹੈ? ਅੱਗੇ ਹੀ ਸਿਆਸਤ ਹੁੰਦੀ, ਹੁਣ ਨਵੀਂ ਥੋੜ੍ਹੀ ਹੋਈ ਸੀ। ਇਹ ਹੋਣਾ ਟੈਕਨੀਕਲੀ ਸਮਝ ਲਓ, ਅਸੀਂ ਨਾ ਸਿਆਸਤ ਵਾਲੀ ਗੱਲ ਕਰਦੇ ਹਾਂ, ਜੋ ਕੁਛ ਧਰਾਤਲ ਤੇ ਆ, ਜੇ ਤੁਹਾਨੂੰ ਲੱਗੇ ਤੇ ਜਦੋਂ ਮਰਜ਼ੀ ਸਾਡੇ ਨਾਲ ਬੈਠ ਕੇ ਡਿਸਕਸ ਕੋਈ ਕਰ ਲਵੇ। ਜਿਹੜਾ ਇਹ ਬਾਰਿਸ਼ਾਂ ਦਾ ਪਾਣੀ ਹੈ, ਫਲੱਡ ਗਲੇਟ ਗੇਟ ਪਾਖੜਾ ਤੋਂ ਨਹੀਂ ਖੁੱਲ੍ਹੇ, ਕਿਤੇ ਨਹੀਂ ਖੁੱਲ੍ਹੇ। ਉਹ ਜਦੋਂ ਪਾਣੀ ਉੱਪਰ ਰੋਪੜ ਤੋਂ ਆਇਆ, ਜਿਹੜਾ ਉੱਥੇ ਨਹਿਰਾਂ 'ਚ ਪਾਣੀ ਜਾਣਾ ਸੀ ਉਹ ਨਹਿਰਾਂ ਨੂੰ ਰਿਲੀਜ਼ ਕਰਤਾ, ਜਿਹੜਾ ਪਾਣੀ ਵਾਧੂ ਸੀਗਾ ਤੇ ਉਹਨਾਂ ਨੇ ਰੋਪੜ ਤੋਂ ਪੱਠੇ ਚੱਕਦੇ। ਜੇ ਨਾ ਚੱਕਦੇ ਉਹਨੂੰ ਪੁੱਛੇ ਫੇਰ ਕੀ ਹੁੰਦਾ, ਉਹਤੇ ਤੋਂ ਨਹੀਂ ਜਾਣਾ ਸੀ। ਵੀ ਜਿਹੜਾ 18,000 ਤਾਂ ਨਹਿਰਾਂ 'ਚ ਪਾਤਾ, 3,000-3,00,000 ਉਸ ਕੋਲ ਪਾਣੀ ਛਪਾਉਣਾ ਕਿੱਥੇ ਆ, ਜਾਂ ਪਿਛਲੀਆਂ ਸਰਕਾਰਾਂ ਕਿੱਥੇ ਪਾਉਂਦੀਆਂ ਰਹੀਆਂ? ਮਾੜੀ ਗੱਲ ਆ, ਇਹਨਾਂ ਇਹੋ ਜਿਹੇ ਲੋਕ ਕੋਠਿਆਂ 'ਤੇ ਬੈਠੇ ਹੁਣ ਪਾਣੀ ਨੂੰ ਤਰਸ ਰਹੇ ਹੁਣ, ਰੋਟੀ ਵਾਸਤੇ ਜਿਹੜੇ ਹੈਗੇ ਉਹ ਹੁਣ ਬੈਠੇ, ਕੋਈ ਹੈਲਪ ਕਰੇ, ਉੱਥੇ ਜਾ ਕੇ ਇਹੋ ਜਿਹੀਆਂ ਗੱਲਾਂ ਕਰਨੀਆਂ ਸਾਨੂੰ ਸ਼ੋਭਾ ਨਹੀਂ ਦਿੰਦੀਆਂ। ਤੁਹਾਨੂੰ ਨਹੀਂ ਲੱਗ ਰਿਹਾ ਕਿ ਪੰਜਾਬ ਦੇ ਪਾਣੀਆਂ 'ਤੇ ਹੁਣ ਸਿਆਸਤ ਹੋਣੀ ਸ਼ੁਰੂ ਹੋ ਗਈ ਹੈ? ਅੱਗੇ ਹੀ ਸਿਆਸਤ ਹੁੰਦੀ, ਹੁਣ ਨਵੀਂ ਥੋੜ੍ਹੀ ਹੋਈ। ਹੁਣ ਸਾਫ਼ ਤੌਰ 'ਤੇ ਕਿਹਾ ਜਾ ਰਿਹਾ ਕਿ ਤੁਹਾਡੇ ਵੱਲੋਂ ਅਤੇ ਆਮ ਆਦਮੀ ਪਾਰਟੀ ਵੱਲੋਂ ਇਹ ਖੋਲ੍ਹੇ ਗਏ, ਜਿਵੇਂ ਆਪਾਂ ਪਹਿਲਾਂ ਸਵਾਲ ਜਵਾਬ ਕਰਕੇ। ਹਾਂ, ਇਹ ਹੋਣਾ ਟੈਕਨੀਕਲੀ ਸਮਝ ਲਓ, ਅਸੀਂ ਨਾ ਸਿਆਸਤ ਵਾਲੀ ਗੱਲ ਕਰਦੇ ਹਾਂ, ਜੋ ਕੁਛ ਧਰਾਤਲ 'ਤੇ ਆ, ਜੇ ਤੁਹਾਨੂੰ ਲੱਗੇ ਤੇ ਜਦੋਂ ਮਰਜ਼ੀ ਸਾਡੇ ਨਾਲ ਬੈਠ ਕੇ ਡਿਸਕਸ ਕੋਈ ਕਰ ਲਵੇ। ਕਿਉਂਕਿ ਜਿਹੜਾ ਇਹ ਪਾਣੀ ਆਇਆ, ਜਿਹੜਾ ਇਹ ਬਾਰਿਸ਼ਾਂ ਦਾ ਪਾਣੀ ਆ, ਫਲੱਡ ਗਲੇਟ ਗੇਟ ਪਾਖੜਾ ਤੋਂ ਨਹੀਂ ਖੁੱਲ੍ਹੇ, ਕਿਤੇ ਨਹੀਂ ਖੁੱਲ੍ਹੇ। ਉਹ ਜਦੋਂ ਪਾਣੀ ਉੱਪਰ ਰੋਪੜ ਤੋਂ ਆਇਆ, ਜਿਹੜਾ ਉੱਥੇ ਨਹਿਰਾਂ 'ਚ ਪਾਣੀ ਜਾਣਾ ਸੀ ਉਹ ਨਹਿਰਾਂ ਨੂੰ ਰਿਲੀਜ਼ ਕਰਤਾ, ਜਿਹੜਾ ਉੱਪਰੋਂ ਆਉਂਦਾ ਸੀ, ਜਿਹੜਾ ਪਾਣੀ ਵਾਧੂ ਸੀਗਾ ਤੇ ਉਹਨਾਂ ਨੇ ਰੋਪੜ ਤੋਂ ਪੱਠੇ ਚੱਕਦੇ। ਜੇ ਨਾ ਚੱਕਦੇ ਉਹਨੂੰ ਪੁੱਛੇ ਫੇਰ ਕੀ ਹੁੰਦਾ, ਉਹਤੇ ਤੋਂ ਨਹੀਂ ਜਾਣਾ ਸੀ। ਜਿਹੜਾ 3,00,000 ਕਿਊਸਕ ਪਾਣੀ ਆਇਆ, ਜਿਹੜੀਆਂ ਰਾਜਸਥਾਨ ਨੂੰ ਜਿਹੜੀਆਂ ਨਹਿਰਾਂ ਜਾਂਦੀਆਂ, 18,000 ਕਿਊਸਕ ਪਾਣੀ ਉਹਦੇ ਵਿੱਚ ਜਾ ਰਿਹਾ, ਤਾਂ ਪਾਣੀ ਕਿੰਨਾ ਆਇਆ ਸੀ? 3,00,000 ਕਿਊਸਕ। ਜੇ ਉਹਨੂੰ ਬੇਟ ਨਾ ਖੋਲ੍ਹਦੇ ਪਾਣੀ ਕਿੱਥੇ ਜਾਂਦਾ ਉਹ ਸਾਨੂੰ ਦੱਸੋ, ਵੀ ਪਾਣੀ ਕਿੱਥੇ ਪਾਉਣਾ ਸੀ ਉਹ ਦੱਸ ਦੇਣ। ਵੀ ਜਿਹੜਾ 18,000 ਤਾਂ ਨਹਿਰਾਂ 'ਚ ਪਾਤਾ, 3,000-3,00,000 ਕਿਊਸਕ ਉਹ ਪਾਣੀ ਛਪਾਉਣਾ ਕਿੱਥੇ ਆ, ਜਾਂ ਪਿਛਲੀਆਂ ਸਰਕਾਰਾਂ ਕਿੱਥੇ ਪਾਉਂਦੀਆਂ ਰਹੀਆਂ ਜਾਂ ਨਹੀਂ ਖੋਲ੍ਹਦੀਆਂ ਰਹੀਆਂ? ਇਹ ਟੈਕਨੀਕਲੀ ਪੁਆਇੰਟ ਆ, ਨਾ ਬਾਬੇ ਜੇ ਕਹਿਦੇ ਖੋਲ੍ਹਿਆ ਜਾਂਦਾ, ਨਾ ਕਿਸੇ ਦੇ ਹੋਰ 'ਤੇ। ਜਿਹੜੀ ਉੱਪਰ ਕਮੇਟੀ ਬਣੀ ਆ MBBS ਜਿਹੜੀ ਹੈਗੀ ਪਾਖੜਾ ਬਿਆਸ ਮੈਨੇਜਮੈਂਟ, ਉਹਨਾਂ ਨੇ ਸਾਰਾ ਇਹ ਕਰਨਾ ਹੁੰਦਾ, ਕਿੰਨਾ ਪਾਣੀ ਉੱਪਰੋਂ ਆ ਗਿਆ, ਕਿੰਨਾ ਉੱਥੇ ਹੋ ਗਿਆ, ਕਿੰਨਾ ਇੱਥੇ ਆਊਗਾ, ਕਦੋਂ ਨੂੰ ਆਊਗਾ ਔਰ ਰਿਲੀਜ਼ ਹੋਊਗਾ। ਜੇ ਨਹੀਂ ਉਹਨੂੰ ਆਪਾਂ ਕਰਦੇ, ਉਹ ਸਾਰੇ ਜਿਹੜੇ ਸੀਗੇ ਬੰਨ ਸੜਕਾਂ ਜਿਹੜੀਆਂ ਮੱਖੂ ਵਾਲੀਆਂ, ਦੂਸਰੀਆਂ ਗੇਟਾਂ ਦੇ ਉੱਪਰ ਦੀ ਪਾਣੀ ਵਗਦਾ, ਉਹ ਤਾਂ ਪਾਣੀ ਤਾਂ ਜਾਣਾ ਹੀ ਜਾਣਾ, ਪਾਣੀ ਨੂੰ ਕਿਹੜਾ ਰੋਕ ਲੂ, ਆ ਬੰਨ ਨਹੀਂ ਰੋਕ ਸਕੇ, ਤਾਂਹੀਓ ਟੁੱਟੇ ਆ। ਜਦੋਂ ਹੁਣ ਨਹੀਂ ਸਮਝ, ਨਹੀਂ ਵਿਜ਼ਨ ਦਾ ਪਤਾ, ਨਹੀਂ ਕਿਸੇ ਗੱਲ ਦਾ ਪਤਾ, ਹੁਣ ਕਈ ਵੀਰ ਇਹੋ ਜਿਹੇ ਕਹਿਣਗੇ ਵੀ ਨਹਿਰਾਂ ਜਿਹੜੀਆਂ ਖਾਲੀ ਪਈਆਂ, ਜਦੋਂ ਅਸੀਂ ਨਹਿਰਾਂ ਉਦੋਂ ਪਾਣੀ ਜਾਊਗਾ ਜਦੋਂ ਅਸੀਂ ਇਹਨੂੰ ਬਲੌਕ ਕਰ ਦਾਂਗੇ। ਬਲੌਕ ਕਦੋਂ ਕਰਾਂਗੇ? ਜਦੋਂ ਪਿੱਛੋਂ ਪਾਣੀ ਜਿਹੜਾ ਹੈਗਾ ਜਿਹੜਾ ਆ ਰਿਹਾ ਉਹਨੂੰ ਅੱਗੇ ਰਿਲੀਜ਼ ਹੋਊਗਾ। ਟੈਕਨੀਕਲੀ ਗੱਲਾਂ ਕਈ ਵਾਰ ਪਤਾ ਨਾ ਸੋ ਨਾ ਐਵੇਂ ਮਰੀ ਜਾਂਦਾ। ਅੱਛਾ, ਤੁਹਾਨੂੰ ਲੱਗਦਾ ਕਿ ਲਗਾਤਾਰ ਜਿਹੜੇ ਆਹ ਇਲਜ਼ਾਮ ਲਗਾਏ ਜਾ ਰਹੇ ਆ ਸਿਰਫ ਔਰ ਸਿਰਫ ਮਤਲਬ ਸਿਆਸਤ ਨੂੰ ਭੜਕਾਉਣ ਖਾਤਰ? ਚਲੋ, ਮਾੜੀ ਗੱਲ ਆ, ਇਹਨਾਂ ਇਹੋ ਜਿਹੇ ਲੋਕ ਕੋਠਿਆਂ 'ਤੇ ਬੈਠੇ ਹੁਣ ਪਾਣੀ ਨੂੰ ਤਰਸ ਰਹੇ ਹੁਣ, ਰੋਟੀ ਵਾਸਤੇ ਜਿਹੜੇ ਹੈਗੇ ਉਹ ਹੁਣ ਬੈਠੇ, ਕੋਈ ਹੈਲਪ ਕਰੇ, ਉੱਥੇ ਜਾ ਕੇ ਇਹੋ ਜਿਹੀਆਂ ਗੱਲਾਂ ਕਰਨੀਆਂ ਸਾਨੂੰ ਸ਼ੋਭਾ ਨਹੀਂ ਦਿੰਦੀਆਂ। ਸਵਾਲ ਉਹੀ ਪੁੱਛਣਾ ਚਾਹੁੰਦਾ ਕਿਉਂਕਿ ਲੋਕ ਤੁਹਾਡੇ ਤੋਂ ਵੀ ਇਹ ਉਮੀਦ ਰੱਖਦੇ, ਤੁਸੀਂ ਸਿਆਸਤ ਵਿੱਚ ਵੀ ਹੈਗੇ ਹੋ। ਨਹੀਂ, ਫਿਰ ਕੋਈ ਮੈਂ ਮਾੜਾ ਕੰਮ ਕਰਦੇ ਹਾਂ? ਸਿਆਸਤ ਤੇ ਕੋਈ ਰੱਦੀ ਕੰਮਿਆਂ ਦਾ ਕੰਮ, ਸੇਵਾ ਤਾਂ ਕਰਦੇ ਪਏ ਹੋ ਬਿਲਕੁਲ, ਪਰ ਲੋਕ ਕਹਿੰਦੇ ਨੇ ਕਿ ਸਾਡੇ ਕੋਲ ਪਹੁੰਚ ਕੇ ਸਾਨੂੰ ਹਰ ਇੱਕ ਚੀਜ਼ ਪ੍ਰੋਵਾਈਡ ਕੀਤੀ ਜਾਵੇ, ਮੁਆਵਜ਼ਾ ਵੀ ਦਿੱਤਾ ਜਾਵੇ। ਨਹੀਂ, ਹੁਣ ਮੁਆਵਜ਼ਾ ਮੁੱਖ ਮੰਤਰੀ ਜੇ ਤੁਹਾਡੇ ਕੋਲ ਗਿਆ, ਇਹ ਗੱਲ ਤਾਂ ਉਹਨਾਂ ਕੋਲ ਕਰਨ ਦੀ ਹੈ, ਉਹਨਾਂ ਕੋਲ ਕਰੋ, ਦੇਣਗੇ ਜਵਾਬ। ਜੋ ਤੁਹਾਨੂੰ ਕਹਿ ਕੇ ਗਏ ਉਹਨਾਂ ਕੋਲ ਪੁੱਛੋਗੇ ਤਾਂ ਦੇਣਗੇ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਹੈ। ਅਸੀਂ ਤਾਂ ਜਿਹੜਾ ਹੈਗਾ ਸਰਕਾਰ ਕੋਲ ਮੰਗ ਕਰਦੇ ਹਾਂ ਵੀ ਜੋ ਵੀ ਨੁਕਸਾਨ ਹੋਇਆ ਲੋਕਾਂ ਦੀ ਭਰਪ ਜਿਹੜੀ ਹੈਗੀ ਹੈ ਸਰਕਾਰ ਨੂੰ ਹੈਲਪ ਕਰਨੀ ਚਾਹੀਦੀ। ਅਤੇ ਲਗਾਤਾਰ ਇਸ ਥਾਂ ਦੇ ਉੱਤੇ ਮੱਲੇਵਾਲ ਪਿੰਡ ਹੈ ਜਿੱਥੇ ਆ ਪਹਾੜ ਪਿਆ ਹੋਇਆ, ਉੱਥੇ ਖੜ੍ਹੇ ਹੋਏ ਹਾਂ ਅਤੇ ਸੰਤ ਸੀਚੇਵਾਲ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜ਼ਰੂਰ ਸਿਆਸਤ ਵਿੱਚ ਨੇ, ਰਾਜ ਸਭਾ ਵਿੱਚ ਨੇ, ਤਾਂ ਜ਼ਰੂਰ ਲੋਕਾਂ ਦੀ ਆਵਾਜ਼ ਗਾਂ ਪਹੁੰਚਾਉਣ ਦੀ ਜ਼ਿੰਮੇਵਾਰੀ ਤਾਂ ਬਣਦੀ ਹੈ, ਪਰ ਜਵਾਬ ਜੋ ਸਾਹਮਣੇ ਆਇਆ ਉਹ ਜ਼ਰੂਰ ਅਸੀਂ ਸੁਣਿਆ। ਇਸ ਤੋਂ ਲੈਦਾ ਜਿਹੜੀ ਸੇਵਾ ਹੈ ਉਹ ਪੁਰਜ਼ੋਰ ਤਰੀਕੇ ਨਾਲ ਕੀਤੀ ਜਾ ਰਹੀ ਹੈ। ਗਾਂ ਇਸ ਪਹਾੜ ਨੂੰ ਲੈ ਕੇ ਕੀ ਕੁਝ ਕੀਤਾ ਜਾਂਦਾ ਹੈ, ਆਉਣ ਵਾਲਾ ਸਮਾਂ ਕੀ ਕੁਝ ਲਿਆਵੇਗਾ, ਇਹ ਵੇਖਣ ਦੀ ਗੱਲ ਹੋਵੇਗੀ। ਜੋ ਵੀ ਹੋਏਗਾ ਦੱਸਦੇ ਰਹਾਂਗੇ। ਬਣੇ ਰਹੋ ਵਨ ਇੰਡੀਆ ਪੰਜਾਬੀ 'ਤੇ। Subscribe to One India channel and never miss an update.